ਭਾਰਤੀ ਕਿਸਾਨ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ, ਮੋਰਚਾ ਲਗਾਇਆ ਗਿਆ 5 ਤਰੀਕ ਤੱਕ ਦਾ, ਉਸਦਾ ਤੀਸਰਾ ਦਿਨ ਹੈ ਅਤੇ ਜੋਗਿੰਦਰ ਸਿੰਘ ਉਗਰਾਹਾਂ ਜੀ ਸਾਡੇ ਨਾਲ ਨੇ, ਹਾਲਾਂਕਿ ਮੰਗ ਪੱਤਰ ਵੀ ਦੇ ਚੁੱਕੇ ਨੇ ਸਰਕਾਰ ਨੂੰ ਅਤੇ ਅੱਗੇ ਦੀ ਰਣਨੀਤੀ ਕੀ ਰਹਿੰਦੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਿਆ। ਉਗਰਾਹਾਂ ਜੀ ਕੱਲ੍ਹ ਮੰਗ ਪੱਤਰ ਵੀ ਦਿੱਤਾ ਹੈ, ਨਵੀਂ ਖੇਤੀ ਨੀਤੀ ਦੀ ਗੱਲ ਵੀ ਹੋ ਰਹੀ ਹੈ, ਕਿੱਥੋਂ ਤੱਕ ਗੱਲ ਪਹੁੰਚੀ ਹੈ ਅੱਗੇ? ਦੇਖੋ, ਜਦੋਂ ਅਸੀਂ ਇਹ ਮੋਰਚਾ 2 ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ, ਭਾਰਤੀ ਕਿਸਾਨ ਏਕਤਾ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ੁਰੂ ਕੀਤਾ, ਉਦੋਂ ਸਾਡੇ 2 ਮਨੋਰਥ ਸੀ। ਚੰਡੀਗੜ੍ਹ ਦੇ ਵਿੱਚ ਪੜਾ ਲਾਉਣਾ ਅਤੇ ਸੈਕਟਰੀਏਟ ਵੱਲ ਮਾਰਚ ਕਰਨਾ ਵਿਧਾਨ ਸਭਾ ਵੱਲ। ਇਹ 2 ਗੱਲਾਂ ਨੂੰ ਲੈ ਕੇ ਅਸੀਂ ਇੱਥੇ ਆਏ ਸੀ ਕਿ ਮੋਰਚਾ ਲੰਮਾ ਚੱਲੂਗਾ, ਯਾਨੀ ਉਦੋਂ ਅਸੀਂ ਵੀ ਜਿੰਨਾ ਚਿਰ ਸੈਸ਼ਨ ਚੱਲੂਗਾ ਮੋਰਚਾ ਚੱਲੂਗਾ। ਉਹ 2 ਪੜਾਅ ਅਸੀਂ ਨੇ ਤੈਅ ਕਰ ਲਏ। ਇੱਕ ਪੜਾ ਮੋਰਚਾ ਲੱਗਣਾ, ਥਾਂ ਲੈਣਾ, ਉਹ ਪੜਾ ਜੰਮ ਗਿਆ ਅਤੇ ਕੱਲ੍ਹ ਅਸੀਂ ਜਿਹੜਾ ਮਾਰਚ ਸੈਸ਼ਨ ਦੌਰਾਨ ਮਾਰਚ ਕਰਨਾ ਸੀ, ਮੰਗ ਪੱਤਰ ਦੇਣਾ ਸੀ ਖੇਤੀਬਾੜੀ ਮੰਤਰੀ ਨੂੰ, ਉੱਧਰ ਨੂੰ ਮਾਰਚ ਵੀ ਕੀਤਾ ਅਤੇ ਉਹ ਮੰਗ ਪੱਤਰ ਵੀ ਦੇ। ਹੁਣ ਅਗਲਾ ਜਿਹੜਾ ਪੜਾ ਹੈ, ਹੁਣ ਅੱਜ ਸੈਸ਼ਨ ਚੱਲ ਰਿਹਾ, ਕੱਲ੍ਹ ਵੀ ਸੈਸ਼ਨ ਚੱਲਿਆ, ਕੱਲ੍ਹ ਨੂੰ ਵੀ ਸੈਸ਼ਨ ਨਹੀਂ ਚੱਲਣਾ। ਕੱਲ੍ਹ ਨੂੰ ਸ਼ਾਮ ਤੱਕ ਸੈਸ਼ਨ ਦੇ ਵਿੱਚੋਂ ਕੀ ਨਿਕਲਦਾ, ਕੀ ਬੋਲਦੇ ਨੇ, ਕੀ ਛਿੱਟਾ ਆਉਂਦਾ, ਅਤੇ ਅਸੀਂ ਆਹ ਜਿਹੜਾ ਪੰਡਾਲ ਦਾ ਸਾਡਾ ਇਕੱਠ ਹੈ ਲੋਕਾਂ ਦੇ ਵਿੱਚ, ਰੌਣ ਸਾਡੇ ਇਰਾਦੇ ਲੋਕਾਂ ਦੇ ਵਿੱਚ ਗੱਲ ਦੀ ਕਿੰਨੀ, ਚਰਚਾ ਕਿੰਨੀ, ਮੀਡੀਆ 'ਚ ਕਿੰਨੀ ਗਈ, ਇਹ ਸਾਰੀ ਦਾ ਲੇਖਾ ਜੋਖਾ ਅਸੀਂ ਕੱਲ੍ਹ ਨੂੰ ਸ਼ਰਮ ਇਸ ਟਾਈਮ ਤੋਂ ਬਾਅਦ ਮੀਟਿੰਗ ਕਰਾਂਗੇ। ਉਹਦੇ ਚਰਚਾ ਬਣ ਕੇ ਜਿਹੜਾ ਸਾਡਾ ਪ੍ਰਭਾਵ ਬਣਿਆ ਉਹਦੇ ਮੁਤਾਬਕ ਅਸੀਂ ਅਗਲੇ ਪ੍ਰੋਗਰਾਮ ਦਾ ਐਲਾਨ ਪਰਸੋਂ ਨੂੰ 5 ਤਰੀਕ ਨੂੰ ਲਗਭਗ 2 ਵਜੇ ਕਰਾਂਗੇ। ਅੱਜ ਜਿਸ ਤਰ੍ਹਾਂ ਦੇ ਨਾਲ ਮਤੇ ਪਾਸ ਕੀਤੇ ਗਏ ਨੇ, ਜਿਸ ਤਰ੍ਹਾਂ ਗੱਲ ਆਈ ਹੈ ਚਿੱਠੀਆਂ ਦੀ, ਜਿਹੜੀਆਂ ਚਿੱਠੀਆਂ ਉਸ ਵੇਲੇ ਕੀਤੀਆਂ ਗਈਆਂ, ਚਾਹੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਜਾਂ ਕੇਂਦਰ ਵੱਲੋਂ ਆਈਆਂ, ਅਤੇ ਜਿਹੜੀ ਨੀਤੀ ਉਸ ਵੇਲੇ ਬਣਾਈ ਗਈ ਸੀ ਉਹ ਲਾਗੂ ਨਹੀਂ ਹੋਣ ਦਿੱਤੀ ਗਈ, ਜਿਹੜੀਆਂ ਜਨਤਕ ਕਰਨ ਦੀ ਗੱਲ ਕੀਤੀ ਗਈ ਹੈ, ਕੀ ਮੰਨਦੇ ਹੋ ਉਹਨਾਂ ਦੇ ਜ਼ਰੀਏ ਉਸ ਵੇਲੇ ਜਿਹੜੀਆਂ ਨੀਤੀਆਂ ਸੀਗੀਆਂ ਜਾਂ ਅੱਜ ਦੀਆਂ ਨੀਤੀਆਂ 'ਚ ਕੀ ਫਰਕ ਸੀ? ਨਹੀਂ, ਉੱਥੇ ਇੱਕ ਤਾਂ ਪਾਸੇ ਦੇਖੋ ਕੇਂਦਰ ਇਹ ਮਤਲਬ ਨਾਰਾ ਲਾ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਧਰਤੀ ਦਾ ਪਾਣੀ ਖਤਮ ਕਰਤਾ, ਪੰਜਾਬ ਦੇ ਕਿਸਾਨ ਦਿੱਲੀ ਨੂੰ ਪ੍ਰਦੂਸ਼ਿਤ ਕਰਦੇ, ਪੰਜਾਬ ਦੇ ਕਿਸਾਨਾਂ ਨੇ ਪਾਣੀ ਜ਼ਹਿਰੀਲਾ ਕਰਤਾ, ਡਾਇਵਰਸੀਫਿਕੇਸ਼ਨ ਦੀ ਲੋੜ ਹੈ, ਇਹ ਡਾਇਵਰਸੀਫਿਕੇਸ਼ਨ ਨਹੀਂ ਕਰਦੇ, ਇਹ ਝੋਨਾ ਦੇ ਕਣਕ ਹੀ ਬੀਜਦੇ। ਜਿਹੜਾ ਚਿੱਠੀ ਦਾ ਜ਼ਿਕਰ ਆਇਆ ਕਿਸੇ ਮਤਲਬ ਖੇਤੀ ਵਿਗਿਆਨੀ ਦਾ, ਉਹਦਾ ਜ਼ਿਕਰ ਇਹ ਆਇਆ ਵੀ ਉਹਨਾਂ ਨੇ ਚਿੱਠੀ ਕੱਢੀ ਸੀ ਵੀ ਅਸੀਂ ਖੇਤੀ ਝੋਨੇ ਨੂੰ ਬੰਦ ਕਰਕੇ ਡਾਇਵਰਸੀਫਿਕੇਸ਼ਨ ਕਰਨ ਵਾਸਤੇ ਉਹਨਾਂ ਨੇ ਕੋਈ ਪ੍ਰਪੋਜ਼ਲ ਭੇਜੀ ਸੀ ਕੇਂਦਰ ਨੂੰ, ਜਿਹੜੀ ਕੇਂਦਰ ਨੇ ਮੋੜਵੇਂ ਜਵਾਬ ਦੇ ਵਿੱਚ ਇਹ ਕਿਹਾ ਉਹਨਾਂ ਨੂੰ ਵੀ ਜੇ ਤੁਸੀਂ ਝੋਨਾ ਬੰਦ ਕਰਤਾ ਫਿਰ ਲੋਕ ਭੁੱਖੇ ਮਰ ਜਾਣਗੇ। ਤਾਂ ਸਰਕਾਰ ਇਹ ਜਦੋਂ ਇਹ ਕਹਿੰਦੀ ਹੈ ਵੀ ਝੋਨੇ ਦੇ ਨਾਲ ਝੋਨਾ ਸਾਡੇ ਵਾਸਤੇ ਜ਼ਰੂਰੀ ਆ, ਅਸੀਂ ਵੀ ਸਮਝਦੇ ਹਾਂ ਜਦੋਂ ਹੁਣ ਝੋਨਾ 'ਚ 5,000 ਸੈਕਟਰ ਸੈਲਰ ਹੈ ਪੰਜਾਬ ਦੇ ਵਿੱਚ, ਟਰੱਕ ਯੂਨੀਅਨ ਹੈ, ਕਿੰਨੇ ਲੋਕ ਨੇ, ਕਿੰਨੇ ਲੋਕਾਂ ਦਾ ਰੁਜ਼ਗਾਰ ਮਰੂਗਾ, ਝੋਨਾ ਇੱਕਦਮ ਬੰਦ ਕਰਨ ਨਾਲ ਬਹੁਤ ਵੱਡਾ ਅਸਰ ਪਊਗਾ ਅਤੇ ਅਨਾਜ ਭੰਡਾਰ 'ਤੇ ਫਰਕ ਪਊਗਾ। ਫਿਰ ਇਹ ਕਿਉਂ ਡਾਇਵਰਸੀਫਿਕੇਸ਼ਨ ਦਾ ਜ਼ੋਰ ਕਿਉਂ ਪਾ ਰਹੇ ਨੇ, ਉਹ ਕਿਉਂ ਕਹਿ ਰਹੇ ਨੇ ਵੀ ਪਾਣੀ ਖਤਮ? ਤਾਂ ਸਰਕਾਰ ਨੇ ਕਿਹੜਾ ਆਪਣੇ ਬਜਟ ਦੇ ਵਿੱਚ ਰੀਚਾਰਜਿੰਗ ਵਾਸਤੇ ਕਦੇ ਫੰਡ ਕਿਉਂ ਨਹੀਂ, ਬਰਸਾਤਾਂ ਦੇ ਪਾਣੀ ਨੂੰ ਸਾਂਭ ਸੰਭਾਲ ਦਾ ਪ੍ਰਬੰਧ ਕਿਉਂ ਨਹੀਂ ਕਰਦੇ, ਨਹਿਰੀ ਪਾਣੀ ਦਾ ਪ੍ਰਬੰਧ ਕਿਉਂ ਨਹੀਂ ਕਰਦੇ? ਜੇ ਉਹਨਾਂ ਨੂੰ ਝੋਨਾ ਚਾਹੀਦਾ, ਕਿਸਾਨਾਂ ਨੂੰ ਤਾਂ ਝੋਨਾ ਚਾਹੀਦਾ ਜੀ, ਅਸੀਂ ਤਾਂ ਖਾਂਦੇ ਨਹੀਂ ਝੋਨਾ, ਪੰਜਾਬ ਦੀ ਤਾਂ ਫਸਲ ਨਹੀਂ ਝੋਨਾ। ਜੇਕਰ ਪੰਜਾਬ ਪਾਣੀ ਦੇ ਸੰਕਟ ਦੇ ਵਿੱਚ ਨਹੀਂ ਗੁਜ਼ਰ ਰਿਹਾ, ਪਾਣੀ ਸਾਡੇ ਕੋਲ ਹੈ ਨਹੀਂ, ਹਰਿਆਣੇ ਕੋਲ ਪਾਣੀ ਹੈ ਨਹੀਂ, ਤੁਸੀਂ ਪਾਣੀ ਦਾ ਪ੍ਰਬੰਧ ਕਰੋ, ਫਿਰ ਇਹ ਚਿੱਠੀਆਂ ਕਿਉਂ ਕੱਢੀ ਜਾਂਦੇ ਹੋ ਵੀ ਅਸੀਂ ਦੋਸ਼ੀ ਹਾਂ ਪਾਣੀ ਮੁਕਾਉਂਦੇ? ਉਹ ਚਿੱਠੀ ਦਾ ਜ਼ਿਕਰ ਸੀ ਜਿਹੜੀ ਦਾ ਮਤਲਬ ਉਹਨਾਂ ਨੇ ਵਿਰੋਧ ਕੀਤਾ, ਜਿਹਨੇ ਉਤਨੇ ਉੱਤੋਂ ਕਹਿ ਰਹੇ ਨੇ ਵੀ ਡਾਇਵਰਸੀਫਿਕੇਸ਼ਨ ਚਾਹੀਦੀ ਹੈ, ਜਦੋਂ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਨੂੰ ਵਿਗਿਆਨੀ ਤੁਰਦੇ ਆ ਉਹਨਾਂ ਨੂੰ ਰੋਕਿਆ ਜਾਂਦਾ, ਇਹ ਨਹੀਂ ਖੇਡੀ। ਕੇਂਦਰ ਸਰਕਾਰ ਨੇ 14,000 ਕਰੋੜ ਦੀਆਂ ਨੀਤੀਆਂ ਬਣਾਈਆਂ ਨੇ, ਜਿਹਦੇ ਵਿੱਚ ਡਿਜੀਟਲ ਖੇਤੀ ਨੂੰ ਲੈ ਕੇ ਵੀ ਗੱਲ ਹੈਗੀ ਆ, ਸਿਖਲਾਈ ਨੂੰ ਵੀ ਲੈ ਕੇ ਹੈਗੀ ਆ, ਵਿਗਿਆਨਿਕ ਖੇਤੀ ਨੂੰ ਵੀ ਲੈ ਕੇ ਹੈਗੀ ਆ, ਤਾਂ ਤੁਸੀਂ ਕੀ ਮੰਨਦੇ ਹੋ? ਕਿਸਾਨ ਅੱਜ ਵੀ ਜਿਹੜਾ ਸੰਘਰਸ਼ ਕਰ ਰਿਹਾ ਅਤੇ ਸਰਕਾਰ ਜਿਹੜੀ ਉਹ ਕਹਿ ਰਹੀ ਕਿ ਆਪਾਂ ਲੋਕ ਪੱਖੀ ਜਿਹੜੀ ਕਿਸਾਨ ਪੱਖੀ ਆ ਉਹ ਨੀਤੀਆਂ ਬਣਾ ਰਹੇ ਹਾਂ।
ਦੇਖੋ ਖੇਤੀ ਵਿਗਿਆਨੀ ਵਿਗਿਆਨ ਹੈ, ਟੈਕਨੋਲੋਜੀ ਦਾ ਯੁੱਗ ਹੈ, ਮਸ਼ੀਨਰੀ ਹੋ, ਅਸੀਂ ਸਭ ਤੋਂ ਕਹਿੰਦੇ ਵੀ ਬੁਨਿਆਦੀ ਇਸ਼ੂ ਕੀ ਹੈ ਖੇਤੀ ਸੰਕਟ ਦਾ? ਬੁਨਿਆਦੀ ਇਸ਼ੂ ਤਾਂ ਇਹ ਹੈ ਵੀ ਖੇਤੀ ਤਾਂ ਜ਼ਮੀਨ 'ਤੇ ਹੋਣੀ ਹੈ, ਜੇ ਜ਼ਮੀਨ ਹੀ ਨਹੀਂ ਸਾਡੇ ਕੋਲ ਹੈਗੀ, ਜ਼ਮੀਨ ਜਿਹੜੀ ਆਪਣੇ ਕੋਲ 1,05,00,000 ਏਕੜ ਜ਼ਮੀਨ ਹੈ ਜਿਹਦੇ ਪੰਜਾਬ ਵਿੱਚ, ਉਹਦੇ 'ਚੋਂ ਮੈਨੂੰ ਲੱਗਦਾ ਵੀ ਕਿੰਨੀ ਜ਼ਮੀਨ, ਮੇਰੇ ਖਿਆਲ 'ਚ ਲਗਭਗ 40,000 ਏਕੜ ਦੇ ਲਗਭਗ ਜ਼ਮੀਨ ਹੈ ਜਿਹੜੀ ਉਹ ਰੋਕੀ ਜਾ ਰਹੀ ਜਾ ਚੁੱਕੀ ਹੈ, ਅਤੇ ਉਹ ਜ਼ਮੀਨ ਤੋਂ ਵੀ ਰਾਸ਼ੀ ਹੈ ਜਿਹੜੀ ਹੇਠ ਆ ਰਹੀ। ਆਹ ਜਿਹੜੀਆਂ ਹੁਣ ਪ੍ਰੋਜੈਕਟ ਬਣਾ ਰਹੇ ਨੇ 1,000 ਏਕੜ ਜ਼ਮੀਨ, ਇਹਦੇ 'ਚ 5,000 ਏਕੜ ਦਾ ਮਤਲਬ ਹਰਿਆਣੇ ਦੀ, ਆਹ ਇਕੱਲੀ ਅੰਮ੍ਰਿਤਸਰ ਜਿਹੜੀ ਕੱਟੜਾ ਹਾਈਵੇ ਹੈ, 5,000 ਏਕੜ ਹਰਿਆਣੇ ਦੀ ਅਤੇ 12,000-14,000 ਏਕੜ ਮੇਰੇ ਖਿਆਲ 'ਚ ਪੰਜਾਬ ਦੀ ਇਹਦੇ 'ਚ ਆਊਗੀ। ਇਹ ਭਾਰਤ ਵਾਲਾ ਪ੍ਰੋਜੈਕਟ ਜਿਹੜੀ ਜ਼ਮੀਨਾਂ ਰੋਕੀ ਜਾ ਰਹੇ ਨੇ, ਜ਼ਮੀਨਾਂ ਰੋਕੀ ਤਾਂ ਜਾ ਰਹੇ, ਜਿਹੜੀਆਂ ਉਪਜਾਊ ਜ਼ਮੀਨਾਂ ਜਿਵੇਂ ਉਹਨਾਂ ਦੇ ਆਪਦੇ ਅੰਕੜੇ ਕਹਿੰਦੇ ਨੇ, 10,00,00,000 ਏਕੜ ਜ਼ਮੀਨ ਇਹਨਾਂ ਕੋਲ ਪਈ ਹੈ ਜਿਹੜੀ ਉਪਜਾਊ ਕਰਨ ਵਾਲੀ ਹੈ, ਚਾਹੇ ਜੰਗਲ ਹੈ ਉਹ, ਚਾਹੇ ਤਿੱਬੇ ਨੇ, ਚਾਹੇ ਕੁਛ ਵੀ ਹੈ, ਕੁਛ ਕੁਛ ਪੈਸੇ ਲਾ ਕੇ ਉਹਨੂੰ ਉਪਜਾਊ ਕੀਤੀ ਜਾ ਰਹੀ ਹੈ, ਜ਼ਮੀਨ ਘਟੀ ਜਾ ਰਹੀ ਹੈ, ਪ੍ਰੋਜੈਕਟ ਲਾਈ ਜਾ ਰਹੇ ਨੇ, ਉਹ ਜ਼ਮੀਨ ਨੂੰ ਪੈਦਾਵਾਰ ਕਰਕੇ ਸਾਡੇ ਲੋਕਾਂ ਨੂੰ ਹੱਥ ਰੁਜ਼ਗਾਰ ਦਿੱਤਾ ਜਾਵੇ, ਨਾਲੇ ਅਨਾਜ ਦੀ ਪ੍ਰੋਟੈਕਸ਼ਨ ਹੋਵੇ, ਨਾਲੇ ਤੁਸੀਂ ਆਹ ਤੁਹਾਡੇ ਪ੍ਰੋਜੈਕਟ ਨੇ ਜਿਹੜੇ ਉਹ ਲਾਓ, ਇਹ ਬਰਾਬਰ ਨਹੀਂ ਚੱਲ ਰਿਹਾ, ਯਾਨੀ ਜਿਹੜਾ ਕਾਰਪੋਰੇਟਾਂ ਨੂੰ ਕੰਮ ਫਿੱਟ ਆਉਂਦਾ ਉਹ ਨੀਤੀ ਲੈ ਕੇ ਉਹਨਾਂ ਦੇ ਮੁਨਾਫਿਆਂ ਕੰਨੀ ਧਿਆਨ ਹੈ, ਕੌਣ ਬੇਰੁਜ਼ਗਾਰ ਹੋਜੂ, ਕਿਹਦੇ ਹੱਥਾਂ ਤੋਂ ਕੰਮ ਮੁੱਕ ਜੂ, ਕਿਹਨੂੰ ਅਨਾਜ ਦਾ ਸੰਕਟ ਹੋਜੂ, ਕਿੰਨੇ ਲੋਕ ਭੁੱਖੇ ਮਰ ਜਾਣਗੇ, ਇਸ ਗੱਲ ਨੂੰ ਉਹਨਾਂ ਦਾ ਬੇਲਾ ਕੱਟੇਗਾ।